अज सुबह दे जी 9:06:19 हो चुके हैं सामने। आ साडे लागे ही पिंड है जी दोदा, दोदे दी 12,000 वोट है और 12 बजे का सरपंच बन के जी आपके घरे जा चुके। साडी वार वार साडी गिनती की जा रही है, साडे नाल बहुत धक्का हो रहा ते असीं प्रशासन नूं अपील करदे आ कि सानू जो साडी सरपंची सी जित चुके तां साडी सरपंची सानू दित्ती जावे, तां कि लोग जो किन्ने लोग है जी इह खज्जल खराब हो रहे हैं, इह सब प्रशासन की प्रॉब्लम है ते असीं प्रशासन नूं अपील करदे आ कि शांतमई तरीके नाल जो सरपंची जित चुके उन्हां नूं दित्ता जावे। वाकई ये साडे पिंड दे विच पहली बारी देखण नूं मिलिया कि इस तों पहलां बहुत सारिया सरपंचियां आईयां जो हरदा जी वह चुप करके चला जांदा। मैनूं लगदा साडी 3-4 बार काउंटिंग हो चुकी है, हर बार काउंटिंग च असीं जित रहे हां, किते 4 वोटां ते किते 14 वोटां ते, लेकिन फिर भी दोबारा काउंटिंग कराई जा रही है, समझ नहीं लग रही जी कोई। ये सारे लोग बहुत ज्यादा परेशान है जी, इस करके सुबह हो चुकी है, रात दे असीं बैठे हां जी, इत्थे लड़ाई का माहौल है जी, बहुत ज्यादा कंट्रोल किया जा रहा, शांतमई तरीके नाल पिंड दे लोक इत्थे बैठे। हां जी, की नाम है भाई? भाई जी मेरा नाम गुरप्रेम गोपी है जी, ते असीं अज आपदी सुरत च पहला इलेक्शन वेख्या जिस च इस तरह रौला साडे पिंड पिया, क्योंकि इदू पहला जो भी तिर हरदी आ वह चुप करके दूजे नूं वधाई दे के आपदे घरे जा वड़दी आ, पर अज असीं 4 बजे ते जित्ते होए आ जी, ते जित पक्की क्लीयर साडी हुण भी क्लीयर आ, पर वार वार उहनूं गिनती करा रहे आ, फिर साडी वोट सुंदी 1-2 वध जांदियां जिहड़ी अंदरों रिपोर्ट मिलदी सानूं, पर असीं प्रशासन अगे बेनती करदे आ वी हुण असीं जित गए ते सानूं सर्टिफिकेट दे के ते घरों घरी जाण दिओ, नहीं जिहड़ा आह तुसीं वेख रहे इकट्ठ किन्ना होया पिया, लोग हुल्लड़बाजी नूं तैयार आ, पर असीं उहनां दीआं मिंट तरले करके आ देखो भाई बैठे आ वाहिगुरू दा जाप कर रहे आ, ते साडी प्रशासन नूं इही बेनती आ कि जिहड़ी जित आ बीबी सुरिंदर कौर जी दा चोण छान ट्रैक्टर आ ਉਹ ਕਲੀਅਰ ਕਰਕੇ ਸਾਨੂੰ ਸਰਟੀਫਿਕੇਟ ਦੇਣ, ਅਸੀਂ ਆਪੋ ਆਪਣੇ ਘਰੇ ਜਾਈਏ ਜੀ। ਮੈਂ ਇਸੇ 14 ਨੰਬਰ ਬੂਥ ਦੇ ਵਿੱਚ ਆਪਦੀ ਵੋਟ ਪਾਈ ਹੈ, ਅਸੀਂ 7 ਘੰਟੇ ਲਾਈਨ 'ਚ ਲਾ ਕੇ ਬੂਥ ਪਾਈ ਹੈ, ਵੋਟ ਪਾਈ ਹੈ। ਸੁਬਹਾ ਤੋਂ ਹੀ ਪ੍ਰਸ਼ਾਸਨ ਦਾ ਰਵੱਈਆ ਇਸ ਤਰ੍ਹਾਂ ਸੀਗਾ, ਪੂਰੇ 7 ਘੰਟੇ ਇੱਥੇ 2 ਬੁੜੀਆਂ ਨੂੰ ਚੱਕਰ ਆ ਗਿਆ, ਤੁਸੀਂ ਇਹ ਦੇਖੋ ਵੀ 7-7 ਘੰਟੇ ਲਾਈਨ 'ਚ ਲਾ ਕੇ ਕਦੇ ਵੋਟਾਂ ਪਾਈਆਂ, ਹੁਣ ਅਸੀਂ ਸੁਬਹਾ ਦੇ ਇੱਥੇ ਹਾਂ, 7 ਵਜੇ ਤੱਕ ਚੱਲੀ ਜਾਂਦੀ ਹੈ ਇੱਥੇ, ਆਹ ਦੇਖ ਲਓ 25-26 ਘੰਟੇ ਹੋ ਚੁੱਕੇ ਆ, ਪਰ ਅਜੇ ਤੱਕ ਕੋਈ ਐਲਾਨ ਨਹੀਂ, ਕੋਈ ਕੁਛ ਨਹੀਂ। ਅਸੀਂ ਸਾਨੂੰ ਇਹ 2 ਵਾਰੀ ਇਹ ਹੋ ਗਿਆ ਵੀ ਤੁਸੀਂ ਜਿੱਤ ਚੁੱਕੇ ਹੋ, ਹੁਣ 3ਵਾਰੀ ਫੇਰ ਅਸੀਂ ਤਾਂ ਜੀ ਸਰਟੀਫਿਕੇਟ ਦੀ ਉਡੀਕ ਚ ਬੈਠੇ ਆ। ਸਰਟੀਫਿਕੇਟ ਦੇ ਨਹੀਂ ਰਹੇ, ਕੀ ਕਹਿੰਦੇ ਅਧਿਕਾਰੀ? ਅਸੀਂ ਕੁਛ ਨਹੀਂ ਦੇ ਰਹੇ ਜੀ, ਨਾ ਸਾਨੂੰ ਸਾਡੇ ਕੈਂਡੀਡੇਟ ਨੂੰ ਬਾਹਰ ਕੱਢ ਰਹੇ ਆ। ਹਾਂਜੀ ਬਾਈ ਜੀ, ਕੀ ਨਾਮ ਹੈ? ਰਣਜੋਤ ਬਰਾੜ ਨਾਮ ਹੈ ਜੀ ਮੇਰਾ। ਮੇਰੇ ਉੱਚੀ ਬੋਲੇ ਥੋੜਾ ਜਿਹਾ ਬਾਈ। ਰਣਜੋਤ ਬਰਾੜ ਨਾਮ ਹੈ ਜੀ ਮੇਰਾ। ਮੇਰੇ ਮਾਤਾ ਜੀ ਇਲੈਕਸ਼ਨ ਲੜ ਰਹੇ ਨੇ, ਸਾਡਾ ਚੋਣ ਨਿਸ਼ਾਨ ਡਾਇਰੈਕਟਰ ਸੀ, ਕੱਲ 8 ਵਜੇ ਤੋਂ ਵੋਟਿੰਗ ਸ਼ੁਰੂ ਹੋਈ ਹੈ ਤੇ ਅੱਜ ਸਵੇਰ ਦੇ 6 ਵਜ ਚੁੱਕੇ ਨੇ। ਸਾਰੀ ਰਾਤ ਸਾਡੇ ਪਿੰਡ ਦੀ ਵੋਟ ਵੈਸੇ 4500 ਹੈ, ਪਰ ਪਤਾ ਨਹੀਂ ਇਹਨਾਂ ਨੇ ਇੰਨਾ ਟਾਈਮ ਕਿਉਂ ਲਾਇਆ ਕਿ ਸਾਰੀ ਰਾਤ ਲੰਘ ਗਈ ਤੇ ਸਾਡੀ ਸਾਡੇ ਪਿੰਡ ਦੀ ਵੋਟ 4500 ਹੈ ਜੀ, ਤੇ ਸਾਰੀ ਰਾਤ ਲੰਘ ਗਈ ਇਹਨਾਂ ਨੇ, ਸਾਰੀ ਰਾਤ ਲੰਘਾ ਕੇ ਜਦੋਂ ਰਿਜ਼ਲਟ ਆਇਆ ਤਾਂ ਅਸੀਂ 20-25 ਵੋਟਾਂ ਨਾਲ ਜਿੱਤ ਗਏ ਸੀ। ਜਿੱਤਣ ਤੋਂ ਬਾਅਦ ਜੀ ਇਹਨਾਂ ਨੇ ਦੁਬਾਰਾ ਰੀਕਾਊਂਟਿੰਗ ਕਰਵਾਈ, ਅਸੀਂ ਫੇਰ ਜਿੱਤ ਗਏ, ਪਰ ਪਤਾ ਨਹੀਂ ਕੀ ਗੱਲ ਹੈ, ਪ੍ਰਸ਼ਾਸਨ ਸਾਡਾ ਸਾਥ ਨਹੀਂ ਦੇ ਰਿਹਾ, ਪਤਾ ਨਹੀਂ ਇਹਨਾਂ ਨੂੰ ਐਂ ਲੱਗਦਾ ਕਿ ਅਸੀਂ ਸਰਕਾਰ ਤੋਂ ਬਾਹਰ ਹੋ ਕੇ ਇਲੈਕਸ਼ਨ ਲੜ ਰਹੇ ਹਾਂ। ਪਿੰਡ ਦਾ ਇਲੈਕਸ਼ਨ ਸਾਂਝੇ ਲੋਕਾਂ ਦਾ ਹੁੰਦਾ ਜੀ, ਤੇ ਇਹ ਸਾਡੇ ਨਾਲ ਧੱਕਾ ਕਰ ਰਹੇ ਨੇ, ਅਗਲੇ ਦਿਨ ਦੇ 6 ਵਜ ਚੁੱਕੇ ਨੇ, ਸਾਨੂੰ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ, ਸਾਡੇ ਨਾਲ ਬਹੁਤ ਧੱਕਾ ਹੋ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਮਨਦੀਪ ਸਿੰਘ ਜੀ, ਪਿੰਡ ਸੁਖਨਾ ਬਲੂ, ਤੇ ਮੇਰੇ ਮਾਤਾ ਜੀ ਮਨਜਿੰਦਰ ਕੌਰ, ਧਰਮ ਪਤਨੀ ਸਰਦਾਰ ਸੁਖਪਾਲ ਸਿੰਘ ਸੰਧੂ ਜੀ ਆਪਣੇ ਇਲੈਕਸ਼ਨ 'ਚ ਉੱਠੇ ਸੀਗੇ ਸਰਪੰਚੀ ਦੀਆਂ ਜੀ, ਤੇ ਆਪਣੇ ਦੂਜੀ ਪਾਰਟੀ ਵੱਲੋਂ ਮੇਰੇ ਵੀਰਾਂ ਵੱਲੋਂ ਸਾਡੇ 'ਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਜੀ ਪ੍ਰਸ਼ਾਸਨ ਗਲਤ ਕਰ ਰਿਹਾ ਜੀ, ਪ੍ਰਸ਼ਾਸਨ ਆਏ ਜੀ ਤੇ ਜੀ ਅੰਦਰ ਕੋਈ ਇਹ ਹੋ ਰਿਹਾ ਜਾਂ ਉਹ ਹੋ ਰਿਹਾ। ਮੈਂ ਤਾਂ ਸਿਰਫ ਇੰਨੀ ਕੁ ਬੇਨਤੀ ਕਰਨਾ ਚਾਹੁੰਦਾ ਵੀ ਮੈਂ ਤੜਕੇ ਦਾ ਇੱਥੇ ਹੀ ਬੈਠਾ ਜੀ, ਮੇਰੇ ਵੀ ਫਾਦਰ ਸਾਹਿਬ ਇੱਕ ਏਜੰਟ ਨੇ, ਇਲੈਕਸ਼ਨ ਏਜੰਟ ਨੇ, ਉਹ ਵੀ ਅੰਦਰ ਹੀ ਨੇ, ਸਾਡਾ ਤਾਂ ਉਹਨਾਂ ਨਾਲ 1 ਮਿੰਟ ਦਾ ਕੋਈ ਰਾਬਤਾ ਤੱਕ ਨਹੀਂ ਹੋਇਆ, ਤੇ ਇਹ ਕਹਿ ਰਹੇ ਨੇ ਕਿ ਅੰਦਰ ਸਾਡੇ ਨਾਲ ਇਹਨਾਂ ਨਾਲ ਧੱਕਾ ਹੋਇਆ ਜੀ। ਮੈਂ ਤਾਂ ਸਿਰਫ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਵੀ ਅਸੀਂ ਪ੍ਰਸ਼ਾਸਨ ਦੇ ਅਸੂਲਾਂ 'ਚ ਚੱਲੇ ਹਾਂ ਤੇ ਅੱਗੇ ਵੀ ਚੱਲਾਂਗੇ ਤੇ ਹੁਣ ਵੀ ਚੱਲ ਰਹੇ ਹਾਂ, ਤੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਵੀ ਇਨਸਾਫ਼ ਹੋਣਾ ਚਾਹੀਦਾ। ਜਿਹੜਾ ਇਹ ਕਹਿ ਰਹੇ ਨੇ ਕਿ ਕਪਲੇ ਹੋਏ ਨੇ ਜਾਂ ਧੱਕੇ ਹੋਏ ਨੇ, ਮੈਂ ਤਾਂ ਸਿਰਫ ਪ੍ਰਸ਼ਾਸਨ ਅੱਗੇ ਹੱਥ ਜੋੜਦਾ ਵੀ ਜੋ ਕੋਈ ਵੀ ਹੈ ਇਨਸਾਫ਼ ਹੋਣਾ ਚਾਹੀਦਾ। ਡਿੰਪੀ ਢਿੱਲੋਂ ਕਰਵਾ ਰਿਹਾ ਜੀ। ਆਪਾਂ ਇੱਕ ਗੱਲ ਦੇਖੋ ਜੀ, ਜਿਹੜੇ ਬੰਦੇ ਦੀ ਅੱਜ ਸਾਰੇ ਕਿਤੇ ਇਮੇਜ ਆ, ਉਹ ਆਪਦੀ ਇਮੇਜ ਕਿਉਂ ਖਰਾਬ ਕਰੂਗਾ?
ਬਾਕੀ ਉਹ ਕਿਹੜਾ ਕਿਸੇ ਹੋਰ ਪਾਰਟੀ ਦੇ ਨੇ ਜੀ, ਉਹ ਵੀ ਉਹਨਾਂ ਦੇ ਨਾਲ ਹੀ ਨੇ, ਅਸੀਂ ਵੀ ਉਹਨਾਂ ਦੇ ਨਾਲ ਹੀ ਆ ਜੀ। ਮੈਂ ਤਾਂ ਦੂਜੇ ਵੀਰਾਂ ਨੂੰ ਵੀ ਇਹੀ ਕਹੂੰਗਾ ਕਿ ਭਾਈ ਪ੍ਰਸ਼ਾਸਨ ਦੇ ਅਸੂਲਾਂ ਦੇ ਨਾਲ ਚੱਲੋ, ਆਪਾਂ ਪ੍ਰਸ਼ਾਸਨ ਦੇ ਖਿਲਾਫ ਜਾ ਕੇ ਕਿੱਥੇ ਜਿੱਤ ਲਾਂਗੇ। ਜੇ ਪ੍ਰਸ਼ਾਸਨ ਦੇ ਨਾਲ ਚੱਲਾਂਗੇ ਫੇਰ ਹੀ ਪ੍ਰਸ਼ਾਸਨ ਆਪਣੀ ਮਦਦ ਕਰੂਗਾ। ਤੇ ਬਸ ਮੇਰੀ ਤਾਂ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਨਸਾਫ ਹੋਣਾ ਚਾਹੀਦਾ ਜੀ। ਤਿੰਨ ਚਾਰ ਵਾਰ ਮੈਂ ਇਹ ਬੇਨਤੀ ਕਰਦਾ ਜੀ, ਇਹਨਾਂ ਨੇ ਸਵਾ ਚਾਰ ਆਪ ਹੀ ਐਲਾਨ ਕਰਤਾ ਵੀ ਜਿੱਤ ਗਏ। ਮੈਂ ਤਾਂ ਇੰਨੀ ਕੁ ਬੇਨਤੀ ਕਰਦਾ ਵੀ ਇਹਨਾਂ ਨੂੰ ਕਿਵੇਂ ਪਤਾ ਜੀ ਜਿੱਤ ਗਏ। ਮੇਰਾ ਤਾਂ ਸੁਬਹਾ ਦਾ ਮੇਰੇ ਫਾਦਰ ਸਾਹਿਬ ਨਾਲ ਇੱਕ ਮਿੰਟ ਦਾ ਇਹਨਾਂ ਨੇ ਰਾਬਤਾ ਨਹੀਂ ਹੋਣ ਦਿੱਤਾ, ਹਾਲਾਂਕਿ ਉਹ ਕਮਿਸ਼ਨ ਏਜੰਟ ਨੇ, ਮੈਂ ਉਹਨਾਂ ਦਾ ਪੁੱਤਰ ਹਾਂ, ਮੈਨੂੰ ਗੇਟ ਤੱਕ ਵੀ ਨਹੀਂ ਜਾਣ ਦਿੱਤਾ, ਤੇ ਇਹਨਾਂ ਨੂੰ ਐਂ ਕਿਵੇਂ ਪਤਾ ਲੱਗ ਗਿਆ ਵੀ ਇਹ ਜਿੱਤ ਗਏ। ਬਸ ਮੈਂ ਤਾਂ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਨਸਾਫ ਹੋਣਾ ਚਾਹੀਦਾ। ਇਹ ਹੁਣ ਮੈਨੂੰ ਐਂ ਨਹੀਂ ਪਤਾ ਵੀ ਇਹਨਾਂ ਨੇ ਭਾਈ ਅੰਦਰ ਕਿਵੇਂ ਜਾਣ ਪਛਾਣ ਹੈ ਕਿ ਕੀ ਹੈ। ਬਸ ਮੇਰੀ ਤਾਂ ਹੱਥ ਜੋੜ ਕੇ, ਹਾਂਜੀ 4 ਵਜੇ ਵਾਲੀ ਚ ਸਾਨੂੰ ਤਾਂ ਜੀ ਕੋਈ ਖਬਰ ਨਹੀਂ, ਪਰ ਮੇਰੇ ਦੂਜੇ ਵੀਰਾਂ ਦੇ ਮੁਤਾਬਕ ਇਹ ਕਹਿ ਰਹੇ ਨੇ ਵੀ ਇਹ ਜਿੱਤੇ ਨੇ। ਪਰ ਮੈਂ ਤਾਂ ਸਿਰਫ ਇਹ ਬੇਨਤੀ ਕਰਦਾ ਵੀ ਜੇ ਤੁਸੀਂ ਜਿੱਤੇ ਹੋ ਤਾਂ ਪ੍ਰਸ਼ਾਸਨ ਖੁਦ ਆ ਕੇ ਦੱਸੇ ਜਾਂ ਅੰਦਰੋਂ ਸਟਾਫ ਆ ਕੇ ਦੱਸੇ, ਸਾਨੂੰ ਤਾਂ ਕੋਈ ਕੰਨ ਸਹੀ ਨਹੀਂ ਜੀ, ਇਹਨਾਂ ਨੂੰ ਕਿਵੇਂ ਪਤਾ ਜੀ। ਬਸ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਵੀ ਅਸੀਂ ਪ੍ਰਸ਼ਾਸਨ ਦੇ ਨਾਲ ਹਾਂ ਤੇ ਪ੍ਰਸ਼ਾਸਨ ਦੇ ਅਸੂਲਾਂ ਦੇ ਤਹਿਤ ਹੀ ਚੱਲਾਂਗੇ। ਬਸ ਇਨਸਾਫ ਦੀ ਮੰਗ ਕਰਦਾ।